ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਨੂੰ ਜੋ ਬੋਲੇ ਸਵਾਗਤ ਹੈ ਤੇ ਟੈਂਡੇ ਫਿਰ ਤੋਂ ਨਿਊ ਵਲੋਗ ਲੈ ਕੇ ਆ ਰਿਹਾ ਨਾਲ ਹੈ ਆਪਣੇ ਚੀਨੂ ਭਰਾ ਤੇ ਆਪਾਂ ਚੱਲੇ ਯਾਰ ਪੈੜੀਆਂ ਥਾਨ ਤੇ ਯਾਰ ਬਹੁਤ ਜ਼ਿਆਦਾ ਲੱਦੀ ਭੁੱਖ ਤੇ ਆਪਾਂ ਸਕੂਲੋਂ ਆਏ ਸੀ ਸਿੱਧਾ ਬਲੋਦੀ ਚੱਲਦੇ ਪਏ ਹਾਂ ਸਟਾਰਟ ਤੇ ਮੇਰੇ ਐਗਜ਼ਾਮ ਵੀ ਬਹੁਤ ਜ਼ਿਆਦਾ ਕਲੋਜ਼ ਹੈ ਤੇ ਯਾਰ ਉਹਦੀ ਵੀ ਆਪਾਂ ਪ੍ਰੈਕਟਿਸ ਕਰਾਂਗੇ ਐਗਜ਼ਾਮ ਵੀ ਟੈਨਸ਼ਨ ਨਾਲ ਉਹ ਤੁਹਾਨੂੰ ਦਿਖਾਉਂਦੇ ਹਾਂ ਅੱਧੇ ਅੱਧੇ ਤੇ ਮਾਲ ਰੋਡ ਤੇ ਆਪਾਂ ਪਹੁੰਚ ਚੁੱਕੇ ਹਾਂ ਫਾਈਨਲੀ ਤੇ ਥੋੜਾ ਬੋਤਾ ਨਹੀਂ ਦਿਖਾ ਸਕਿਆ ਤੇ ਹੁਣ ਤੁਹਾਨੂੰ ਦਿਖਾਣਾ ਪੂਰਾ ਰਸਤਾ। ਟੈਂਡੀ ਜੀ ਚੈੱਕ ਕਰੋ ਮੋਲ ਚਾਲ ਆਪਣੇ ਫਿਰੋਜ਼ਪੁਰ ਦਾ ਤੇ ਵੇਖੀ ਚੱਲੋ ਆਪਾਂ ਮਾਲ ਰੋਡ ਪਹੁੰਚ ਚੁੱਕੇ ਹਾਂ ਤੇ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਪੈੜੀਆਂ ਵਾਲੇ ਤੋਂ ਬਸ ਥੋੜ੍ਹਾ ਹੀ ਕਲੋਜ਼ ਆਪਾਂ ਪੈੜੀਆਂ ਵਾਲੇ ਤੋਂ ਪਹੁੰਚ ਜਾਵੇਂ ਤੇ ਠੀਕ ਹੈ ਗਾਈਸ ਤੇ ਚੱਲਦੇ ਪਏ ਹਾਂ ਤੇ ਯਾਰ ਥੋੜ੍ਹਾ ਬਹੁਤਾ ਟ੍ਰੈਫਿਕ ਵੇਖੋ ਦਿਨਾਂ ਹੀ ਜ਼ਿਆਦਾ ਤੇ ਆਪਾਂ ਆਏ ਹਾਂ ਸਕੂਟਰੀ ਦੇ ਤੋ ਵੇਖੋ ਮੋਲ ਚਾਲ ਤੇ ਯਾਰ ਨਿਆਰਾ ਪੂਰਾ ਆ ਰਿਹਾ ਇੰਜੋਏ ਵੀ ਪੂਰਾ ਪੂਰਾ ਫਿਰੋਜ਼ਪੁਰ 'ਚ ਤੁਸੀਂ ਵੀ ਮੇਰੇ ਭਰਾਓ ਆਓ ਤੇ ਫਿਰੋਜ਼ਪੁਰ ਦਾ ਵੇਖੋ ਵਿਊ ਚੈੱਕ ਕਰੋ ਤਿੰਨੇ ਨਿਆਰੇ ਦਾਰ ਹੈ ਤੇ ਯਾਰ ਇਹੋ ਜਿਹੀ ਤੋਈ ਠੇਚਲ ਦੀ ਡਾਲਨੀ ਹੈ ਤੇ ਯਾਰ ਉਹ ਟ੍ਰੈਫਿਕ ਬਹੁਤ ਜ਼ਿਆਦਾ ਚੈੱਕ ਕਰੋ ਰਾਈਸ ਇੱਥੇ ਬੰਦੇ ਨੇ ਬੰਦਾ ਚੜਿਆ ਪਿਆ ਤੇ ਆਹ ਵੇਖ ਲਓ ਹੁਣ ਚਲਦੇ ਚਲੋ ਵਾ ਪਹੁੰਚਣ ਹੀ ਵਾਲੇ ਹਾਂ ਓਏ ਹੋਏ ਓਏ ਹੋਏ 5 ਮਿੰਟ ਇੱਥੇ ਰੋਤੇ ਆਉਣਾ ਹੈ ਨਾ ਆਪਾਂ ਰੁੱਟਣਾ ਹੀ ਨਹੀਂ ਬ੍ਰੇਕਾਂ ਦੇ ਪੈਰ ਰੱਖਣਾ ਹੀ ਨਹੀਂ ਹੈਗਾ ਬਸ ਚੱਲਦੇ ਚਲੋ ਤੇ ਯਾਰ ਚੱਲਦੇ ਆਏ ਹਾਂ ਤੇ ਉਹ ਟ੍ਰੈਫਿਕ ਬਹੁਤ ਜ਼ਿਆਦਾ ਗਾਈਸ ਤੇ ਵੇਖੀ ਚੱਲੋ ਬਸ ਮੋਲ ਚਾਲ ਬੈਠੋ ਫਿਰੋਜ਼ਪੁਰ ਦਾ ਆਪਣੇ ਤੇ ਯਾਰ ਇੱਥੇ ਬਹੁਤ ਹੀ ਘੈਂਟ ਹੈ ਯਾਰ ਘੁੰਮਣ ਫਿਰਨ ਦਾ ਵੀ ਵਾਧੂ ਹੈ ਫਿਰੋਜ਼ਪੁਰ 'ਚ ਇੰਨਾ ਨਹੀਂ ਠੀਕ ਠੀਕ ਹੀ ਹੈ ਔਰ ਜੀ ਕੀ ਹਾਲ ਚਾਲ ਹੈ ਅਤੇ ਘੁੰਮਣ ਫਿਰਨ ਦਾ ਹੀ ਘੱਟ ਹੈ ਅਤੇ ਆਪਣੇ ਇੱਥੇ ਰਾਜਮਾਂਹ ਚੌਲ ਵਾਲੇ ਵਾਧੂ ਜ਼ਿਆਦਾ ਮਸ਼ਹੂਰ ਨੇ ਅਤੇ ਇੱਥੇ ਦਾ ਵੀ ਆਪਾਂ ਪਾਵਾਂਗੇ ਟੈਨਸ਼ਨ ਨਾ ਲਓ ਰਾਈਸ ਅਤੇ ਹੁਣ ਆਪਣੇ ਨਵਾਂ ਕੰਟੈਕਟ ਆਇਆ ਕਰੂਗਾ ਹੋਲੀ ਦਾ ਅਤੇ ਆਪਾਂ ਹੋਲੀ ਐਕਸਪੈਰੀਮੈਂਟ ਕਰਿਆ ਕਰਾਂਵੇ ਰੰਗ ਦਾ ਜਿਵੇਂ 1 ਤਰੀਕ ਤੋਂ ਸਾਰੇ ਰੰਗ ਦੁਕਾਨਾਂ ਸੋਚ ਜਾਂਦੀਆਂ ਇਸ ਤੋਂ ਬਾਅਦ ਹੋਲੀ ਆਇਆ ਨਹੀਂ ਕਰੀਬ ਅਤੇ ਆਪਾਂ ਕਰਾਂਵੇ ਵਧੀਆ ਅਤੇ ਲੈ ਕੇ ਆਵਾਂਗੇ ਘੰਟਾ ਅੱਜੇ ਹੋਲੀ ਦਾ ਅੰਦਰ ਅਤੇ ਕਰਾਂਵੇ ਟੈਸਟਿੰਗ ਵਧੀਆ ਹੀ ਅਤੇ ਯਾਰ ਵੇਖੀ ਚੱਲੋ ਬਸ ਹੁਣ ਯਾਰ ਬਹੁਤ ਹੀ ਵਧੀਆ ਲੱਗ ਰਿਹਾ ਆਪਾਂ ਨੂੰ ਯਾਰ ਘੰਟੇ ਦੀ ਤੇ ਨਾਲ ਪੂਰਾ ਆਨੰਦ ਆ ਰਿਹਾ ਯਾਰ ਘੁੰਮਣ ਦਾ ਵੈਸੇ ਤਾਂ ਕੋਈ ਚੱਕਰ ਹੀ ਨਹੀਂ ਇੱਥੇ ਅਤੇ ਯਾਰ ਵੈਸੇ ਤਾਂ ਕੋਈ ਚੱਕਰ ਨਹੀਂ ਅਤੇ ਇੱਥੇ ਆਪਾਂ ਜਾਣਾ ਬਾ ਪਹੁੰਚਣ ਹੀ ਆ ਲਿਆ ਅਤੇ ਲੋ ਜੀ ਟੈਂਡੀ ਯਾਰ ਬਸ ਪਹੁੰਚੀ ਜਾਂਦੇ ਹਾਂ ਥੋੜ੍ਹਾ ਜਿਹਾ ਕਲੋਜ਼ ਹੈ ਬਸ ਪਹੁੰਚ ਦੇ ਨਾਲ ਸਾਰੀ ਆਪਾਂ ਫਿਰ ਦਿਖਾਵਾਂਗੇ ਅਤੇ ਠੀਕ ਹੈ ਰਾਈਸ ਓਹੋ ਨਿਆਰਾ ਆ ਰਿਹਾ ਪੂਰਾ ਪੂਰਾ ਅਤੇ ਚੱਲਦੇ ਪਏ ਹਾਂ ਆਪਾਂ ਵਧੀਆ ਅਤੇ ਯਾਰ ਆਹ ਬਸ ਫਾਈਨਲੀ ਸਿੱਧਾ ਜਾਣਾ ਨਾਲ ਹੀ ਇੱਥੇ ਸ਼ੋਪ ਹੈ ਅਤੇ ਉੱਥੇ ਆਪਾਂ ਥਾਵਾਂਗੇ ਪੈੜੀਆਂ ਅਤੇ ਯਾਰ ਵੇਚਦੇ ਹਾਂ ਜਾ ਕੇ ਜਿਹੜੀਆਂ ਕੱਲੀਆਂ ਪੈੜੀਆਂ ਹੀ ਥਾਵਾਂ ਦੇ ਯਾਰ ਮਨ ਬਹੁਤ ਆ ਰਿਹਾ ਪੈੜੀ ਥਾਂ ਨੂੰ ਥਾ ਲੈਂਦੇ ਹਾਂ ਮੈਂ ਤਾਂ ਕੋਈ ਚੱਕਣ ਦੀ ਗੱਲ ਨਹੀਂ ਅਤੇ ਆਪਾਂ ਯਾਰ ਦਿੱਲੀ ਦੇ ਜਾਣਾ ਸੀ ਤਾਂ ਪਹੁੰਚ ਗਿਆ ਦਿੱਲੀ ਰੇਡ ਅਤੇ ਕਹਿੰਦੇ ਚੈੱਕ ਕਰੀ ਚੱਲੋ ਬਸ ਓਹੋ ਦਿੱਲੀ ਰੇਡ ਅਤੇ ਚੱਲ ਲਿੱਤੀ ਐਂਟਰਸ ਅਤੇ ਓਹੋ ਆ ਸੈਟਿੰਗ ਦੌਰਾਨ ਤਾਂ ਰੋਲ ਲੈ ਅਤੇ ਆਪਾਂ ਆ ਰਹੇ ਹਾਂ ਇੱਥੇ ਰੋਲ ਲੈ ਆ ਰਹੇ ਹਾਂ ਵੇਖ ਗਿਆ ਪੈੜੀਆਂ ਅਤੇ ਆਪਾਂ ਪੁੱਛਿਆ ਜੀ ਫਾਈਨਲੀ ਅਤੇ ਯਾਰ ਆਪਾਂ ਚੱਲਦੇ ਹਾਂ ਵੇਖੀ ਚੱਲੋ ਬਸ ਅਤੇ ਵੇਖਦੇ ਆਪਾਂ ਪੈੜੀਆਂ ਖਾਂਦੇ ਹਾਂ ਅਤੇ ਚੱਲੋ ਅਤੇ ਆਪਾਂ 2 ਪੈੜੀਆਂ ਤਰਾ ਲਈਆਂ ਆਲੂ ਵਾਲੀਆਂ ਅਤੇ ਯਾਰ ਵੈਸੇ ਠਾਣੀਆਂ ਹੋਰ ਸੀ ਮੈਂ ਤਾਂ ਚੋਈ ਨਹੀਂ ਅਤੇ ਆਪਾਂ ਤਾਂ ਉਦੋਂ ਥਾਂ 'ਤੇ ਚਲੀਏ ਤਰਾਂ ਨੂੰ ਅਤੇ ਵੇਖੀ ਚੱਲੋ ਨਾਲ ਚੀਨੂ ਭਰਾ ਆਇਆ ਓ ਅਤੇ ਇੱਥੇ ਹੀ ਪੂਰਾ ਭਰਿਆ ਹੋਇਆ ਬਿਸਤੀ ਵਗੈਰਾ ਨਾਲ ਚੈੱਕ ਕਰੋ ਸਾਰੇ ਬਿਸਤੀ ਤਰ੍ਹਾਂ ਨੇ ਅਤੇ ਠੰਡੇ ਵਗੈਰਾ ਵੀ ਪਏ ਨੇ ਖਾਣਾ ਅਤੇ ਡਾਈਸ ਏਡੇ ਆਉਂਦੇ ਆ ਪੈਟੀ 'ਤੇ ਖਾਂਦੇ ਹਾਂ ਅਤੇ ਤੁਹਾਨੂੰ ਵੀ ਦਿਖਾਉਂਦੇ ਹਾਂ ਰਿਐਕਸ਼ਨ ਅਤੇ ਕਹਿੰਦੇ ਪੈਟੀ 'ਤੇ ਬੜੀ ਵੱਡੀ ਹੈ ਅਤੇ ਲਓ ਜੀ ਕਹਿੰਦੇ ਟਾਲੀਆਂ ਪੈਟੀਆਂ ਅਤੇ ਖਾਈਏ ਤੁਸੀਂ ਵੀ ਖਾਓ ਡਾਈਸ ਅਤੇ ਵੇਖੀ ਚੱਲੋ ਬਸ ਅਤੇ ਕਰੀਏ ਸ਼ੁਰੂਆਤ ਆਪਾਂ ਹਰ ਚੀਜ਼ ਨੂੰ ਭਰਾ ਟਾਈਮ ਦਾ ਟਾਲੀ ਸ਼ੁਰੂਆਤ ਚੀਜ਼ ਨੂੰ ਬਣਾਉਣੇ ਅਤੇ ਆਪਾਂ ਚੱਲਦੇ ਹਾਂ ਤੁਹਾਡਾ ਨੂੰ ਅਤੇ ਚੱਲਦੇ ਆਪਾਂ ਤੁਹਾਨੂੰ ਮੋਲ ਚਾਲ ਵੀ ਦਿਖਾਉਂਦੇ ਹਾਂ ਥੋੜ੍ਹਾ ਬਹੁਤਾ ਵੈਸੇ ਆਪਾਂ ਨੂੰ ਪੈੜੀ ਲੈਣ ਦੀ ਲੱਦੀ
ਤੁਸੀਂ ਵੀ ਆਓ ਠਾਓ ਪੈਟੀਆਂ ਬਹੁਤ ਘੈਂਟ ਸੀ ਇਹਨਾਂ ਦੀ ਪੈਟੀ ਤੇ ਨਾਈਸ ਚੀਜ਼ ਹੈ ਤੇ ਵਿੱਚ ਉਹ ਇਹ ਚੀਜ਼ ਉੱਡ ਰਹੀ ਹੈ ਬੈਲੂਨ ਜਿਹਾ ਤੇ ਵੇਖੀ ਚੱਲੋ ਮੈਨੂੰ ਬਹੁਤ ਹੀ ਵਧੀਆ ਲੱਗਿਆ ਯਾਰ ਘੁੰਮਣ ਫਿਰਨ 'ਚ ਟੈਂਟ ਆਇਆ ਨਿਆਰਾ ਬੰਨਿਆ ਵੈ ਰਾਈਸ ਵਾਸਤੇ ਯਾਰ ਮੇਰਾ ਵਧੀਆ ਅੱਜ ਮੈਨੂੰ ਬਹੁਤ ਹੀ ਐਕਸਾਈਟਮੈਂਟ ਹੈ ਮੈਨੂੰ ਖੁਸ਼ੀ ਵੀ ਬਹੁਤ ਜ਼ਿਆਦਾ ਹੈ ਅਤੇ ਵੇਖੀ ਚੱਲੋ ਬਸ ਅਤੇ ਰਹਿੰਦੀ ਕਹਿ ਚਲੋ ਉਹ ਨਿਆਰਾ ਆ ਰਿਹਾ ਅਤੇ ਯਾਰ ਕਹਿੰਦੇ ਯਾਰ ਇੱਥੇ ਤਾਂ ਬਹੁਤ ਹੀ ਹੈ ਅਤੇ ਆਪਣੇ ਤਰੋਮਾ ਵੀ ਹੈਗਾ ਵੇਖੀ ਚੱਲੋ ਰਾਈਸ ਵਾਸਤੇ ਨਿਆਰਾ ਆ ਰਿਹਾ ਹੋਵੇ ਤੁਹਾਨੂੰ ਦੱਸਣਾ ਅਤੇ ਜਿਹੜੇ ਮੇਰੇ ਭਰਾ ਨਵੇਂ ਨੇ ਲਾਈਕ ਕਰਨਾ ਨਾ ਭੁੱਲਣਾ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਅਤੇ ਸਬਸਕ੍ਰਾਈਬ ਤਾਂ ਸਾਰੇ ਭਰਾ ਕਰਦੇ ਨੇ ਅਤੇ ਆਹ ਵੇਖੋ ਆਪਣਾ ਆਈ ਲਵ ਯੂ ਫਿਰੋਜ਼ਪੁਰ ਅਤੇ ਯਾਰ ਵੇਚ ਬੇਟੀ ਬਾਤ ਹੈ ਇੱਧਰ ਆਪਣੇ ਅਤੇ ਯਾਰ ਨਿਆਰਾ ਆ ਰਿਹਾ ਮੈਨੂੰ ਤਾਂ ਅੱਜ ਬਹੁਤ ਹੀ ਜ਼ਿਆਦਾ ਖੁਸ਼ੀ ਆ ਅੱਜ ਮੈਨੂੰ ਅਤੇ ਵੇਖੀ ਚੱਲੋ ਮਾਹੌਲ ਝਾਲ ਵੱਖਰਾ ਹੀ ਹੈ ਦੁਪਹਿਰ ਦਾ ਵਿਊ ਹੀ ਵੱਖਰਾ ਯਾਰ ਗਾਈਸ ਅਤੇ ਆਪਣੇ ਯਾਰ ਇੰਨਾ ਕੁਛ ਹੈ ਨਹੀਂ ਘੁੰਮਣ ਨੂੰ ਫਿਰੋਜ਼ਪੁਰ ਅਤੇ ਤੁਸੀਂ ਜ਼ਰੂਰ ਆਉਣਾ ਅਤੇ ਵਧੀਆ ਫਿਰੋਜ਼ਪੁਰ ਵੈਸੇ ਤਾਂ ਥੋੜ੍ਹਾ ਕੁਛ ਹੀ ਹੈ ਇੱਥੇ ਅਤੇ ਕਹਿੰਦੇ ਨਜ਼ਾਰਾ ਆ ਰਿਹਾ ਪੂਰਾ ਅਤੇ ਕਹਿੰਦੇ ਚੈੱਕ ਕਰੀ ਚੱਲੋ ਬਸ ਵਿਊ ਆਪਣੇ ਯਾਰ ਆਓ ਜਲਦੀ ਤੋਂ ਜਲਦੀ ਫਿਰੋਜ਼ਪੁਰ ਘੁੰਮੋ ਮੇਰੇ ਭਰਾਵੋ ਅਤੇ ਚੱਲਦੇ ਆਪਾਂ ਐਂਡ ਵਲੋਗ ਦਾ ਚੱਲ ਦਈਏ ਗਾਈਸ ਅਤੇ ਆਪਣਾ ਵਲੋਗ ਵਧੀਆ ਲੱਗਿਆ ਹੋਵੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਅਤੇ ਜਿਹੜੇ ਮੇਰੇ ਭਰਾ ਨੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਆਪਣਾ ਇਸ ਤੋਂ ਟੈਂਡ ਵਲੋਗ ਆਉਂਦੇ ਰਹਿੰਦੇ ਇਸੇ ਨਾਲ ਕਰਦੇ ਆਪਾਂ ਐਂਡ ਸੀ